ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਵੀਰ ਸਿੰਘ ਜੀ ਦੀ ਕਮੁਲਕ ਲਿਖਤ ਹੈ ਗੁਰੂ ਨਾਨਕ ਚਮਤਕਾਰ ਜਿਸ ਦੇ ਕੁਝ ਅੰਸ਼ਾਂ ਨੂੰ ਇਕੱਤਰ ਕਰਕੇ ਇੱਕ ਪੁਸਤਕ ਛਪੀ ਹੈ ਜੀਵਨ ਕਣੀ ਅ ਉਸ ਵਿੱਚੋਂ ਇੱਕ ਅੰਸ਼ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਸ ਅੰਸ਼ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਸਹੈ ਦਾ ਪਾ ਕਦੋਂ ਸਾਡੇ ਅੰਦਰ ਆਉਂਦਾ ਹੈ ਤੇ ਕਦੋਂ ਸਾਡਾ ਅੰਦਰ ਸਹਿਜ ਆਨੰਦ ਵਿੱਚ ਟਿਕਦਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ ਹੈ ਮਨ ਨੂੰ ਨੀਵੇਂ ਖਿਆਲਾਂ ਵਿੱਚ ਨਹੀਂ ਜਾਣ ਦੇਣਾ ਸਭ អਵਗੁਣ ਤਿਆਗਣੇ ਤੇ ਸ਼ੁਭਗੁਣ ਧਾਰਨੇ ਹਨ ਪਰ ਇੱਕ ਪਤੀ ਪਰਮੇਸ਼ਰ ਦਾ ਮਨ ਵਿੱਚ ਤਰਵਾ ਬਣ ਕੇ ਉਸ ਨਾਲ ਪ੍ਰੇਮ ਕਰਨਾ ਹੈ ਪ੍ਰਯੋਜਨ ਬੁੱਧੀ ਨੂੰ ਨਿਰਮਲ ਕਰਨੇ ਦਾ ਹੈ ਬੁੱਧੀ ਦੀ ਨਿਰਮਲਤਾ ਲਈ ਵੈਰਾਗ ਵਿਵੇਕ ਵਰਤਣੇ ਹਨ ਮਨ ਉਤੇ ਇਸ ਨਿਰਮਲ ਬੁੱਧੀ ਦਾ ਚਿਰਾਗ ਰੋਸ਼ਨ ਕਰਕੇ ਇਸ ਦੇ ਕੁੰਡੇ ਹੀਟ ਮਨ ਨੂੰ ਟੋੜਨਾ ਹੈ ਐਸੇ ਪਰਬੁੱਧ ਹੋਏ ਮਨ ਦੇ ਵਸ ਵਿੱਚ ਇੰਦਰੀਆਂ ਨੂੰ ਟੋੜਨਾ ਹੈ ਪਰ ਅੰਦਰ ਜੋ ਸਾਡੇ ਆਤਮਾ ਵਿੱਚ ਪ੍ਰੇਅ ਸਰੂਪਤਾ ਦੀ ਅੰਸ਼ ਹੈ ਪ੍ਰੇਮ ਹੈ ਉਸ ਨੂੰ ਵੀ ਵਰਤਣਾ ਹੈ ਉਸ ਨੂੰ ਮਾਰਨਾ ਨਹੀਂ ਉਸ ਨਲਮੰਦੇ ਰਖ ਨੂੰ ਉੱਪਰਲੇ ਪਾਸੇ ਵੱਲ ਲੱਗੇ ਰਹਿਣ ਵਾਲਾ ਬਣਾਉਣਾ ਹੈ ਤੇ ਬੁੱਧੀ ਦਾ ਅਲੰਭ ਲੱਭ ਕੇ ਉਸ ਨੂੰ ਜਫਾ ਮਾਰਨਾ ਹੈ ਬੁੱਧੀ ਨੇ ਜਦ ਨਿਸ਼ਚੇ ਕਰ ਲਿਆ ਕਿ ਜਗਤ ਦਾ ਮੂਲ ਮਾਲਕ ਪਾਲਕ ਇੱਕ ਅਕਾਲ ਪੁਰਖ ਹੈ ਤਾਂ ਹੁਣ ਉਸ ਦਾ ਅਲੰਭ ਇਹ ਇਕੰਕਾਰ ਹੈ ਅਰਥਾਤ ਅਕਾਲ ਪੁਰਖ ਹੈ ਜਦੋਂ ਮਨ ਬੁੱਧੀ ਵਾਹਿਗੁਰੂ ਵਿੱਚ ਰਾਗ ਕਰਕੇ ਅਰਥਾਤ ਉਸ ਨੂੰ ਆਪਣਾ ਆਲੰਭ ਬਣਾ ਕੇ ਉਸ ਨਾਲ ਲਗਾਤਾਰੀ ਲਗਾਉ ਪਾ ਲੈਣਗੇ ਤਾਂ ਉਹਨਾਂ ਵਿੱਚ ਵਾਹਿਗੁਰੂ ਤੇ ਵਾਹਿਗੁਰੂ ਵਿੱਚ ਉਹ ਵਸਣਗੇ ਫਿਰ ਸਾਡਾ ਆਪਾ ਜੀਵਤ ਆਪਾ ਹੋਵੇਗਾ ਤੇ ਜੀਵਨ ਮੁਕਤੀ ਦੇ ਸੁਖ ਪਾਏਗਾ ਇਸ ਤਰ੍ਹਾਂ ਸਾਰਾ ਆਪਾ ਆਪਣੇ ਸਾਰੇ ਤਾਣ ਨਾਲ ਜਦ ਸਦਾ ਲਗਾ ਰਹੇਗਾ ਇੱਕ ਵਿੱਚ ਤਾਂ ਇੱਕ ਵਿੱਚ ਸਮਾਇਆ ਸਫਲ ਤੇ ਸੁਰਜੀਤ ਗਿਆਨ ਵਾਲਾ ਰਹੇਗਾ ਇਹ ਆਪਾ ਇਹ ਆਤਮਾ ਸ਼ੁੱਧ ਆਤਮਾ ਹੈ ਤੇ ਇਹ ਕਾਰ ਸਿਰੇ ਚੜਦੀ ਹੈ ਗੁਰ ਸ਼ਬਦ ਦੀ ਕਮਾਈ ਨਾਲ ਫਿਰ ਇਹ ਸਾਰਾ ਕੁਝ ਸਹਿਜ ਨਾਲ ਪ੍ਰਾਪਤ ਕਰਨਾ ਹੈ ਸਹੰਦੇ ਸਹੰਦੇ ਹੱਠ ਮਨ ਤੇ ਕੁੰਡਾ ਤੇ ਆਪਾ ਨਿਵਾਰਨ ਦੇ ਸਾਰੇ ਦੇ ਸਾਰੇ ਕੰਮ ਕਰਨੇ ਹਨ ਪਰ ਅੰਦਰ ਟੇਕ ਸਾਈਂ ਦੀ ਧਾਰ ਕੇ ਤੇ ਉਸ ਦੇ ਸਿਮਰਨ ਦੇ ਆਸਰੇ ਜਦੋਂ ਅੰਦਰ ਠੰਡ ਵਰਤਣੀ ਹੈ ਤਾਂ ਸਹਿਜ ਦਾ ਭਾ ਆ ਜਾਣਾ ਹੈ ਸਹਿਜ ਆਨੰਦ ਨੇ ਅੰਦਰ ਟਿਕ ਜਾਣਾ ਹੈ ਹਾਂਜੀ ਫਿਰ ਦੋ ਰਾਹ ਦਈਏ ਇਹ ਕਾਰ ਸਿਰੇ ਚੜਦੀ ਹੈ ਗੁਰਸ਼ਬਦ ਦੀ ਕਮਾਈ ਨਾਲ ਫਿਰ ਇਹ ਸਾਰਾ ਕੁਝ ਸਹਿਜ ਨਾਲ ਪ੍ਰਾਪਤ ਕਰਨਾ ਹੈ ਸਹਿੰਦੇ ਸਹਿੰਦੇ ਹੱਥ ਮਨ ਤੇ ਕੁੰਡਾ ਤੇ ਆਪਾ ਨਿਵਾਰਨ ਦੇ ਸਾਰੇ ਦੇ ਸਾਰੇ ਕੰਮ ਕਰਨੇ ਹਨ ਪਰ ਅੰਦਰ ਟੇਕ ਸਾਈਂ ਦੀ ਧਾਰ ਕੇ ਤੇ ਉਸ ਦੇ ਸਿਮਰਨ ਦੇ ਆਸਰੇ ਜਦੋਂ ਅੰਦਰ ਠੰਡ ਵਰਤਣੀ ਹੈ ਤਾਂ ਸਹਜ ਦਾ ਪਾ ਆ ਜਾਣਾ ਹੈ ਸਹਜ ਅਨੰਨੇ ਅੰਦਰ ਟਿਕ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ